ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮਿਨਿਟਰ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਹਰ ਰੋਜ਼ ਦੀ ਤਰ੍ਹਾਂ ਹੀ ਕਰਨੀ ਬਣਦੀ ਹੈ ਲੰਘੇ ਕੱਲ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲੀ ਹੈ 11 ਵਜੇ ਤੋਂ ਬਾਅਦ ਕੜਕਦਾਰ ਧੁੱਪ ਨਿਕਲੀ ਹੈ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਸਵੇਰ ਦੇ ਵੇਲੇ ਬਿਹੱਦ ਧੁੰਦ ਸੀ ਤੇ ਧੁੰਦ ਵੀ ਇਸ ਕਦਰ ਆ ਕਿ ਸੜਕਾਂ ਗਿੱਲੀਆਂ ਹੋ ਜਾਂਦੀਆਂ ਜਿਵੇਂ ਰਾਤ ਦੇ ਵੇਲੇ ਮੀਂਹ ਪਿਆ ਹੁੰਦਾ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਮੌਸਮ ਸਥਿਰ ਰਹਿਣਾ ਤੇ ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀਤੇ ਗਏ ਇੱਕ ਨਵੇਂ ਐਲਾਨ ਨੂੰ ਸਾਂਝਾ ਕਰਨਾ ਹੋਵੇ ਤਾਂ 23 ਫਰਵਰੀ ਨੂੰ ਇਹ ਬੇਨਤੀ ਕੀਤੀ ਗਈ ਆ ਅਪੀਲ ਕੀਤੀ ਗਈ ਆ ਸਮੁੱਚੇ ਭਾਰਤ ਦੇ ਕਿਸਾਨਾਂ ਨੂੰ ਕਿ ਸ਼ਹੀਦ ਭਗਤ ਸਿੰਘ ਦੇ ਚਾਚੇ ਅਜੀਤ ਸਿੰਘ ਹੋਰਾਂ ਦੇ ਜਨਮ ਦਿਵਸ ਨੂੰ ਸਬੰਧਤ ਪਗੜੀ ਸੰਭਾਲ ਜੱਟਾ ਲਹਿਰ ਨੂੰ ਮੁਤਲਕ ਇਹ ਦਿਵਸ ਮਨਾਇਆ ਜਾਣਾ ਚਾਹੀਦਾ ਪਗੜੀ ਸੰਭਾਲ ਜੱਟਾ ਦਿਹਾੜਾ ਮਨਾਉਣ ਦੀ ਗੱਲ ਕੀਤੀ ਗਈ ਆ ਸੋ ਉਸ ਦਿਨ ਜਾਗਰੂਕਤਾ ਦੀਆਂ ਗੱਲਾਂ ਕੀਤੀਆਂ ਜਾਣ ਕਿ ਕਿਸਾਨਾਂ ਨੂੰ ਲਾਂਬ ਕੀਤਾ ਜਾਵੇ ਅਣਖ ਦੇ ਗੀਤਾਂ ਦੀ ਪੇਸ਼ਕਾਰੀ ਕੀਤੀ ਜਾਵੇ ਉਸ ਦਿਨ ਸ਼ਹੀਦ ਭਗਤ ਸਿੰਘ ਤੇ ਬਾਕੀ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਚੇਤੇ ਕੀਤਾ ਜਾਵੇ ਤਾਂ ਜੋ ਨੌਜਵਾਨਾਂ ਦੇ ਵਿੱਚ ਤਾਂ ਜੋ ਸਮੁੱਚੇ ਕਿਸਾਨ ਵਰਗ ਦੇ ਵਿੱਚ ਇੱਕ ਨਵਾਂ ਜੋਸ਼ ਇੱਕ ਨਵਾਂ ਜਜ਼ਬਾ ਜਿਹੜਾ ਉਹ ਭਰ ਸਕੇ ਇਸ ਗੱਲ ਦੇ ਲਈ ਕਿਹਾ ਗਿਆ ਸੋ ਇਸ ਗੱਲ ਦੀ ਆਸ ਹੈ ਵੀ ਜਿਵੇਂ ਕਿ ਹੁਣ ਤੱਕ ਕਈ ਪ੍ਰੋਗਰਾਮ ਜਿਹੜੇ ਕਿ ਦਿੱਤੇ ਗਏ ਸੀ ਕਿਸਾਨ ਆਗੂਆਂ ਦੇ ਵੱਲੋਂ ਪੂਰੇ ਭਾਰਤ ਦੇ ਵਿੱਚ ਉਹਨਾਂ ਦਾ ਸੋਹਣਾ ਅਸਰ ਦੇਖਣ ਨੂੰ ਮਿਲਿਆ ਇਹ ਗੱਲ ਕਿਸਾਨ ਆਗੂਆਂ ਨੇ ਕਹੀ ਹੈ ਉਸੇ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਪਗੜੀ ਸੰਭਾਲ ਜੱਟਾ ਦੇਣਾ ਜਿਹੜਾ ਇਹਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਮਨਾਏ ਜਾਣ ਦੀ ਸਾਨੂੰ ਆਸ ਹੈ ਬੇਨਤੀ ਉਹਨਾਂ ਨੇ ਇਹ ਕੀਤੀ ਹੈ ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਅਸਲ ਵਿੱਚ ਹੈ ਰਕੇਸ਼ ਟਕੈਤ ਦੇ ਵੱਲੋਂ ਕੀਤੇ ਗਏ ਇੱਕ ਨਵੇਂ ਐਲਾਨ ਦੀ ਉਹਨਾਂ ਨੇ ਇਹ ਗੱਲ ਕਹੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਕਿ ਤੁਸੀਂ ਬੀਜੇਪੀ ਦੇ ਕਿਸੇ ਵੀ ਆਗੂ ਨੂੰ ਕਿਸੇ ਵੀ ਵੱਡੇ ਛੋਟੇ ਨੇਤਾ ਨੂੰ ਆਪਣੇ ਨਿੱਜੀ ਪ੍ਰੋਗਰਾਮਾਂ ਦੇ ਵਿੱਚ ਬੁਲਾਉਣਾ ਬੰਦ ਕਰੋ ਇਹ ਗੱਲ ਕਹੀ ਆ ਉਹਨਾਂ ਨੇ ਵੀ ਜੇਕਰ ਤੁਸੀਂ ਕਿਸੇ ਨੂੰ ਬੁਲਾਉਨੇ ਆ ਕਿਉਂਕਿ ਸਾਡੀ ਆਰਤ ਹੁੰਦੀ ਹੈ ਵੀ ਧੀ ਪੁੱਤ ਦਾ ਵਿਆਹ ਉਥੇ ਨੇਤਾ ਦਾ ਫੇਰਾ ਪਵਾਉਣਾ ਜ਼ਰੂਰੀ ਹੈ ਅਸੀਂ ਸੋਚਦੇ ਆ ਵੀ ਹੁਣ ਸਾਡੀ ਟੌਰ ਟੱਪੇ ਵਾਲੀ ਗੱਲ ਹੋਊਗੀ ਆਣ ਗਵਾਂਡ ਦੇਖ ਕੇ ਰਿਸ਼ਤੇਦਾਰ ਦੇਖ ਕੇ ਕਹਿਣਗੇ ਇਹਨਾਂ ਦੀ ਪੁਜਤ ਕਿੰਨੀ ਹੈ ਇਹਨਾਂ ਦੀ ਚਲਦੀ ਕਿੰਨੀ ਹੈ ਤਕੈਤ ਹੋਰਾਂ ਨੇ ਕਿਹਾ ਵੀ ਜਿਹੜੇ ਵੀ ਇਸ ਵਕਤ ਲੋਕ ਬੀਜੇਪੀ ਦੇ ਆਗੂਆਂ ਨੂੰ ਸੱਦੇ ਆ ਇਹ ਬੜੀ ਮਾੜੀ ਗੱਲ ਹੈ ਬੀਜੇਪੀ ਦਾ ਮੁਕੰਮਲ ਬਾਈਕਾਟ ਕਰਕੇ ਰੱਖਣਾ ਚਾਹੀਦਾ ਨੇਤਾਵਾਂ ਨੂੰ ਫੜੇ ਨਿੱਜੀ ਫੰਕਸ਼ਨਾਂ ਦੇ ਉੱਤੇ ਪ੍ਰੋਗਰਾਮਾਂ ਦੇ ਉੱਤੇ ਬੁਲਾਉਣਾ ਬੰਦ ਕੀਤਾ ਜਾਵੇ ਤੇ ਜੇਕਰ ਨਹੀਂ ਕੀਤਾ ਜਾਂਦਾ ਤਾਂ ਫੇਰ 100 ਵਲੰਟੀਅਰ ਨੂੰ ਜਿਹੜੇ 100 ਕਿਸਾਨ ਅਸਲ ਦੇ ਵਿੱਚ ਜਿਹੜੇ ਕਿ ਵੱਖ-ਵੱਖ ਥਾਵਾਂ ਦੇ ਉੱਤੇ ਬੈਠੇ ਆ ਉਹਨਾਂ ਨੂੰ ਭੋਜਨ ਕਰਵਾਉਣਾ ਪਊਗਾ ਇਹਨੂੰ ਜੁਰਮਾਨਾ ਸਮਝ ਲਓ ਇਹਨੂੰ ਬੇਨਤੀ ਸਮਝ ਲਓ ਇਹਨੂੰ ਸਲਾਹ ਸਮਝ ਲਓ ਜਾਂ ਇਹਨੂੰ ਆਦੇਸ਼ ਸਮਝ ਲਓ ਕਿ ਤੁਸੀਂ ਭਾਜਪਾ ਦੇ ਨੇਤਾਵਾਂ ਨੂੰ ਘਰਾਂ ਦੇ ਵਿੱਚ ਬੁਲਾਉਣਾ ਬੰਦ ਕਰੋ ਜੇਕਰ ਘਰਾਂ ਦੇ ਵਿੱਚ ਬੁਲਾਓਗੇ ਜੁਰਮਾਨੇ ਦੇ ਤੌਰ ਦੇ ਉੱਤੇ 100 ਕਿਸਾਨਾਂ ਨੂੰ 100 ਸਾਡੇ ਵਲੰਟੀਅਰਾਂ ਨੂੰ ਭੋਜਨ ਕਰਵਾਉਣਾ ਪਊਗਾ ਦੂਜੇ ਪਾਸੇ ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਇਹ ਗੱਲ ਕਹੀ ਹੈ ਵੀ ਜੇਕਰ ਦਿੱਲੀ ਦੀ ਪੁਲਿਸ ਤੁਹਾਨੂੰ ਨੋਟਿਸ ਫੜਾਉਂਦੀ ਹੈ ਜੇਕਰ ਤੁਹਾਡੇ ਉੱਤੇ ਕੋ ਕਾਰਵਾਈ ਦੀ ਗੱਲ ਕਰਦੀ ਹੈ ਤੁਹਾਨੂੰ ਇਹ ਗੱਲ ਆਖਦੀ ਹੈ ਕਿ ਫਲਾਣੀ ਤਰੀਕ ਨੂੰ ਆ ਕੇ ਦਿੱਲੀ ਦੇ ਫਲਾਣੇ ਦਫ਼ਤਰ ਦੇ ਵਿੱਚ ਫਲਾਣੇ ਥਾ ਕਿਉਂਕਿ ਨੋਟਸ ਦਾ ਨੋਟਸ ਇਸ ਵਕਤ ਜਾਰੀ ਕੀਤੇ ਜਾ ਰਹੇ ਆ ਕਿਸਾਨ ਭਰਾਵਾਂ ਨੂੰ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਤੇ ਵੀ ਪੇਸ਼ ਹੋਣ ਦੀ ਕੋਈ ਲੋੜ ਨਹੀਂ ਮੁਕੰਮਲ ਤੌਰ ਦੇ ਉੱਤੇ ਬਾਈਕਟ ਕਰੋ ਨੋਟਸ ਲੈਣਾ ਨਾ ਲੈਣਾ ਵੀ ਤੁਹਾਡੀ ਮਰਜ਼ੀ ਆ ਪਰ ਜੇਕਰ ਤੁਸੀਂ ਨੋਟਸ ਲੈ ਲਿਆ ਤੁਹਾਨੂੰ ਕਿਸੇ ਵੀ ਦਿੱਲੀ ਦੇ ਥਾਣੇ ਦੇ ਵਿੱਚ ਜਾਣ ਦੀ ਲੋੜ ਨਹੀਂ ਤੁਸੀਂ ਬਸ ਅੰਦੋਲਨ ਨੂੰ ਮਜ਼ਬੂਤ ਕਰਕੇ ਰੱਖੋ ਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਹੜਾ ਲੀਗਲ 셀 ਬਣਾਇਆ ਗਿਆ ਉਹਦੇ ਵੱਲੋਂ ਮੁਕੰਮਲ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਨਾਲ ਸੰਪਰਕ ਜ਼ਰੂਰ ਕਰ ਲਓ ਯਾਨੀ ਕਿ ਜਿਹੜੇ ਨੰਬਰ ਅਸੀਂ ਹੁਣ ਤੱਕ ਦਿੱਤੇ ਆ ਉਹਨਾਂ ਦੇ ਉੱਤੇ ਦੱਸ ਦਿਓ ਜੀ ਕਿ ਸਾਨੂੰ ਐਨੀ ਤਰੀਕ ਨੋਟਿਸ ਆਇਆ ਇਸ ਨਾਮ ਦੇ ਉੱਤੇ ਨੋਟਿਸ ਆਇਆ ਫਲਾਣੀ ਗੱਲ ਦੇ ਕਰਕੇ ਨੋਟਿਸ ਆਇਆ ਪਰ ਤੁਹਾਨੂੰ ਕਿਤੇ ਵੀ ਪੇਸ਼ ਹੋਣ ਦੀ ਲੋੜ ਨਹੀਂ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਇਸ ਵਕਤ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹਦੇ ਵੱਲੋਂ ਵੀ ਲਗਾਤਾਰ ਸਰਗਰਮੀਆਂ ਅੱਗੇ ਤੋਂ ਅੱਗੇ ਵਧਾਈਆਂ ਜਾ ਰਹੀਆਂ ਦੂਜੀ ਵੱਡੀ ਗੱਲ ਇਹ ਹੈ ਕਿ ਇੱਕ ਵਾਰ ਫਿਰ ਜਾਪਣ ਲੱਗ ਪਿਆ ਵੀ ਕੇਂਦਰ ਦੀ ਸਰਕਾਰ ਆ ਜਿਹੜੀ ਉਹ ਮੀਟਿੰਗ ਵਾਸਤੇ ਸ਼ਾਇਦ ਰਜ਼ਾਮੰਦ ਹੋਣ ਲੱਗੀ ਹੈ ਕਿਉਂਕਿ ਲੰਘੇ ਕੱਲ ਨਰਿੰਦਰ ਸਿੰਘ ਤੋਮਰ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ ਇੱਕ ਗੱਲ ਉਹਨਾਂ ਨੇ ਹੋਰ ਕਹੀ ਹੈ ਉਹ ਕਹਿੰਦੇ ਜੀ ਅਸਲ ਵਿੱਚ ਜੋ ਪੰਜਾਬ ਦੇ ਵਿੱਚ ਮਾੜਾ ਹਾਲ ਹੋਇਆ ਜੋ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋਈਆਂ ਇਹਦੇ ਵਿੱਚ ਧੋਬੀ ਪਟਕਾ ਲੱਗਾ ਬੀਜੇਪੀ ਨੂੰ ਇਹਦੇ ਪਿੱਛੇ ਕਿਸਾਨ ਅੰਦolan ਦਾ ਕੋਈ ਵੀ ਯੋਗਦਾਨ ਨਹੀਂ ਹੈ ਉਹ ਕਹਿੰਦੇ ਵੀ ਕਿਸਾਨਾਂ ਦੇ ਕਰਕੇ ਸਾਡਾ ਪੰਜਾਬ ਦੇ ਵਿੱਚ ਮਾੜਾ ਹਾਲ ਨਹੀਂ ਹੋਇਆ ਇਹਨਾਂ ਚੋਣਾਂ ਦੇ ਵਿੱਚ ਅਸਲ ਦੇ ਵਿੱਚ ਸਾਡਾ ਅਕਾਲੀ ਦਲ ਬਾਦਲ ਦੇ ਨਾਲ ਉਹ ਗੱਠਜੋੜ ਟੁੱਟਿਆ ਤੇ ਹੁਣ ਤੱਕ ਅਸੀਂ ਨਿਰਪਰ ਸਿਗੇ ਆਕਾਲੀ ਦਲ ਦੇ ਉੱਤੇ ਗੱਠ ਜੋੜ ਹੋਣ ਕਰਕੇ ਦੋਵੇਂ ਪਾਰਟੀਆਂ ਬਰਾਬਰ ਦੀ ਜ਼ਿੰਮੇਵਾਰੀ ਅਦਾ ਕਰਦੀਆਂ ਸਹੀ ਹੁਣ ਅਸੀਂ ਆਪਣੇ ਜ਼ਿੰਮੇ ਦੇ ਉੱਤੇ ਆਪਣੇ ਬਲਬੂਤੇ ਦੇ ਉੱਤੇ ਸਾਰੀ ਚੋਣ ਲੜੀ ਹੈ ਇਸ ਕਰਕੇ ਸਾਡਾ ਨੁਕਸਾਨ ਹੋਇਆ ਤੇ ਆਉਂਦੇ ਸਮੇਂ ਦੇ ਵਿੱਚ ਭਾਜਪਾ ਦੇ ਪੈਰ ਪੱਕੇ ਹੋਣਗੇ ਮਤਲਬ ਇਹ ਹੈ ਵੀ ਉਹਨਾਂ ਨੇ ਬਿਲਕੁਲ ਇਹ ਗੱਲ ਨਕਾਰ ਦਿੱਤੀ ਹੈ ਵੀ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦਾ ਅਸਰ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿਰਫ ਆਕਾਲੀ ਦਲ ਦੇ ਸਾਥ ਛੁੱਟਣ ਦੇ ਕਰਕੇ ਇਹ ਸਾਰਾ ਕੁਝ ਹੋਇਆ ਵਾਪਰਿਆ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਸੰਜਿਆ ਕਰਦੇ ਆਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਰੇਸ਼ ਟਕੈਤ ਨੇ ਤੇ ਰਕੇਸ਼ ਟਕੈਤ ਨੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਭਾਜਪਾ ਦੇ ਨੇਤਾਵਾਂ ਨੂੰ ਵਿਆਹਾਂ ਸ਼ਾਦੀਆਂ ਤੇ ਹੋਰ ਪ੍ਰੋਗਰਾਮਾਂ ਦੇ ਵਿੱਚ ਇਨਵਾਈਟ ਨਾ ਕੀਤਾ ਜਾਵੇ। ਨਰੇਸ਼ ਟਕੈਤ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਸਿਸੌਲੀ ਖੇਤਰ ਦੇ ਵਿੱਚ ਹੋਈ ਮਹਾਪੰਚਾਇਤ ਦੇ ਵਿੱਚ ਲੋਕਾਂ ਨੂੰ ਕਿਹਾ ਕਿ ਭਾਜਪਾ ਨੇਤਾਵਾਂ ਨੂੰ ਵਿਆਹਾਂ ਤੇ ਹੋਰ ਨਾ ਪ੍ਰੋਗਰਾਮਾਂ ਦੇ ਵਿੱਚ ਨਾ ਸੱਦੋ। ਜੇ ਕੋਈ ਇੰਜ ਕਰਦਾ ਤਾਂ ਉਹਨੂੰ ਅਗਲੇ ਦਿਨ ਭਾਰਤੀ ਕਿਸਾਨ ਯੂਨੀਅਨ ਦੇ 100 ਵਰਕਰਾਂ ਨੂੰ ਖਾਣਾ ਖਵਾਉਣਾ ਪਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਚਾਹੋ ਤਾਂ ਇਹਨੂੰ ਆਦੇਸ਼ ਸਮਝ ਲਓ ਜੇ ਤੁਸੀਂ ਠੀਕ ਸਮਝੋ ਤਾਂ ਇਹਨੂੰ ਸਲਾਮ ਮੰਨ ਲਵੋ ਨਰੇਸ਼ਟ ਕੈਤਨੇ ਨੇ ਕਿਹਾ ਕਿ 17 ਫਰਵਰੀ ਨੂੰ ਹੋਈ ਮਹਾਪੰਚਾਇਤ ਦੇ ਵਿੱਚ ਐਲਾਨ ਕੀਤਾ ਗਿਆ ਸੀ ਟਕੈਤ ਦੇ ਇਸ ਬਿਆਨ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ ਟਕੈਤ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਭਾਜਪਾ ਨੇਤਾਵਾਂ ਨੂੰ ਪ੍ਰੋਗਰਾਮ ਦੇ ਵਿੱਚ ਸੱਦਿਆ ਗਿਆ ਤੇ ਉਹਨਾਂ ਨਾਲ ਜੇਕਰ ਦੁਰਵਿਹਾਰ ਹੁੰਦਾ ਤਾਂ ਉਹ ਭਾਰਤੀ ਕਿਸਾਨ ਯੂਨੀਅਨ ਨੂੰ ਦੋਸ਼ ਦੇਣਗੇ ਇਸ ਲਈ ਮੈਂ ਚਾਹੁੰਦਾ ਕਿ ਆਪਣੇ ਘਰ ਦੇ ਵਿੱਚ ਹੀ ਬੀਜੇਪੀ ਦੇ ਨੇਤਾਵਾਂ ਨੂੰ ਖੁਸ਼ ਰਹਿਣਾ ਚਾਹੀਦਾ ਇਹਨੂੰ ਤੁਸੀਂ ਚਾਹੋ ਤਾਂ ਬਾਈਕਾਟ ਵੀ ਸਮਝ ਸਕਦੇ ਹੋ ਦੇ ਪਾਸੇ 26 ਜਨਵਰੀ ਨੂੰ ਦਿੱਲੀ ਦੇ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ। ਸੋ ਕਿਸਾਨ ਨੇਤਾ ਗੁਰਨਾਮ ਸਿੰਘ ਛੜੂਨੀ ਨੇ ਸ਼ੁੱਕਰਵਾਰ ਨੂੰ ਇੱਕ ਵੀਡੀਓ ਜਾਰੀ ਕੀਤਾ। ਕਿਸਾਨਾਂ ਨੂੰ ਕਿਹਾ ਕਿ ਦਿੱਲੀ ਪੁਲਿਸ ਦੇ ਨੋਟਿਸ ਦੇ ਉੱਤੇ ਪੇਸ਼ ਹੋਣ ਦੀ ਕੋਈ ਲੋੜ ਨਹੀਂ ਕਿਉਂਕਿ ਪੁਲਿਸ ਨੋਟਿਸ ਦੇ ਬਹਾਨੇ ਬੁਲਾ ਕੇ ਲੋਕਾਂ ਨੂੰ ਫੜਨ ਦਾ ਕੰਮ ਕਰ ਰਹੀ ਹੈ। ਛੜੂਨੀ ਨੇ ਕਿਹਾ ਦਿੱਲੀ ਪੁਲਿਸ ਕਈ ਕਿਸਾਨਾਂ ਨੂੰ ਘਰਾਂ ਦੇ ਵਿੱਚੋਂ ਫੜ ਰਹੀ ਹੈ। ਜੇ ਕਿਸੇ ਕਿਸਾਨ ਦੇ ਘਰ ਪੁਲਿਸ ਛਾਪਾ ਮਾਰੇ ਤਾਂ ਉਹਦਾ ਘਰਾਓ ਕਰਕੇ ਉੱਥੇ ਹੀ ਪੁਲਿਸ ਮੁਲਾਜ਼ਮਾ ਨੂੰ ਬਿਠਾ ਲਵੋ। ਪੂਰੇ ਪਿੰਡ ਨੂੰ ਠਾ ਕਰੋ ਪੁਲਿਸ ਵਾਲਿਆਂ ਨੂੰ ਉਦੋਂ ਤੱਕ ਨਾ ਛੱਡੋ ਜਿੰਨੀ ਦੇਰ ਤੱਕ ਜ਼ਿਲ੍ਹਾ ਪ੍ਰਸ਼ਾਸਨ ਆ ਕੇ ਇਹ ਵਿਸ਼ਵਾਸ ਨਹੀਂ ਦਿੰਦਾ ਇਹ ਭਰੋਸਾ ਨਹੀਂ ਦਿੰਦਾ ਕਿ ਦਿੱਲੀ ਪੁਲਿਸ ਤੁਹਾਡੇ ਜ਼ਿਲ੍ਹੇ ਦੇ ਵਿੱਚ ਮੁੜ ਕੇ ਨਹੀਂ ਵੜੇਗੀ ਸੋ ਇਸ ਗੱਲ ਦੇ ਉੱਤੇ ਕਈ ਤਰ੍ਹਾਂ ਦੀ ਚਰਚਾ ਹੁਣ ਚੱਲ ਰਹੀ ਹੈ ਦੂਜੇ ਪਾਸੇ ਵੀ ਰਸਲਾ ਬਣਦਾ ਹੈ ਕਿ ਦਿੱਲੀ ਪੁਲਿਸ ਦੇ ਬਾਬਤ ਚੜੂਨੀ ਨੇ ਕਿਹਾ ਇਹ ਬੇਨਤੀ ਵੀ ਮੈਂ ਕਰਨੀ ਚਾਹੁੰਦਾ ਕਿ ਜਿਹੜੇ ਵੀ ਪੁਲਿਸ ਮੁਲਾਜ਼ਮ ਦਾ ਘਰਾਓ ਕਰੋ ਉਹਦੇ ਨਾਲ ਕੋਈ ਵੀ ਜ਼ਿਆਰਤੀ ਨਾ ਕੀਤੀ ਜਾਵੇ ਕੋਈ ਮਾਰਕੁੱਟ ਨਾ ਕੀਤੀ ਜਾਵੇ ਉਸ ਨੂੰ ਬਿਠਾਓ ਖਵਾਓ ਪਿਆਓ ਆਰਾਮ ਨਾਲ ਰੱਖੋ ਪਰ ਕੋਨਤਾ ਕੋਨੂ ਬਿਲਕੁਲ ਨਾ ਛੱਡੋ ਜਿੰਨੀ ਦੇਰ ਤੱਕ ਪ੍ਰਸ਼ਾਸਨ ਨਹੀਂ ਆਉਂਦਾ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਇਹਦੇ ਉੱਤੇ ਐਕਸ਼ਨ ਲੈਣਾ ਹੈ ਕਿਉਂਕਿ ਦਿੱਲੀ ਪੁਲਿਸ ਦਾ ਕੋਈ ਹੋਰ ਇਲਾਜ ਬਾਕੀ ਨਹੀਂ ਬਚਿਆ ਇਸ ਤਰ੍ਹਾਂ ਦੀਆਂ ਜ਼ਿਆਰਤੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਸਾਰੀਆਂ ਥਾਵਾਂ ਦੇ ਉੱਤੇ ਪੁਲਿਸ ਦਾ ਘੇਰਾਉ ਕਰਨਾ ਸ਼ੁਰੂ ਕੀਤਾ ਜਾਵੇਗਾ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗਲਤੀ ਸੇ ਕਹਾਂਗੇ ਜਿਸ ਤਰੀਕੇ ਦੇ ਨਾਲ ਗੁਰਨਾਮ ਸਿੰਘ ਚੜੂਨੀ ਹੋ ਰਾਡੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਦਿੱਲੀ ਦੇ ਪੁਲਿਸ ਮੁਲਾਜ਼ਮ ਜੇਕਰ ਤੁਹਾਡੇ ਘਰ ਦੇ ਵਿੱਚ ਆ ਕੇ ਨੋਟਿਸ ਦਿੰਦੇ ਆ ਉਹਨਾਂ ਨੂੰ ਤੁਸੀਂ ਬਿਠਾ ਲਓ ਉਹਨਾਂ ਨੂੰ ਜਾਣ ਨਾ ਦਿਓ ਉਹਨਾਂ ਦਾ ਕਿਰਾਉ ਕਰ ਲਓ ਤੇ ਪ੍ਰਸ਼ਾਸਨ ਨੂੰ ਤੁਸੀਂ ਸੱਦ ਲਓ ਉਹਨਾਂ ਦੀ ਇਸ ਗੱਲ ਦੇ ਉੱਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਹੋ ਵੀ ਰਹੇ ਆ ਤੇ ਆਉਂਦੇ ਸਮੇਂ 'ਚ ਹੋਣੇ ਵੀ ਆ ਇਹ ਗੱਲ ਸੱਚੀ ਹੈ ਕਿ ਇਸ ਵਕਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਿੱਲੀ ਦੀ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਇੱਕ ਦਰਜਨ ਤੋਂ ਵੱਧ ਟੀਮਾਂ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਪਹੁੰ ਸਾਲਾਂ ਨੂੰ ਹੁਣ ਤੱਕ ਨੋਟਿਸ ਦਿੱਤੇ ਜਾ ਚੁੱਕੇ ਆ ਕਿਸੇ ਦਾ ਲਾਲ ਕਿਲੇ ਦੇ ਮਾਮਲੇ ਦੇ ਵਿੱਚ ਜੋ 26 ਜਨਵਰੀ ਨੂੰ ਜੋ ਕੁਝ ਹੋਇਆ ਵਾਪਰਿਆ ਉਸ ਮੁਤਲਕ ਵੀਡੀਓ ਕਲਿੱਪ ਸਾਹਮਣੇ ਆਉਣ ਤੋਂ ਬਾਅਦ ਵਿੱਚੋਂ ਫੋਟੋ ਕੱਢ ਕੇ ਉਹਦੇ ਆਧਾਰ ਤੇ ਪਛਾਣ ਕਰਕੇ ਨੋਟਿਸ ਦਿੱਤਾ ਜਾ ਰਿਹਾ ਕਿਸੇ ਦੇ ਟਰੈਕਟਰ ਦੇ ਨੰਬਰ ਦੇ ਆਧਾਰ ਦੇ ਉੱਤੇ ਸਾਰਾ ਕੁਝ ਕੀਤਾ ਜਾ ਰਿਹਾ ਕਿਸੇ ਦੇ ਮੋਬਾਈਲ ਨੰਬਰ ਦੇ ਆਧਾਰ ਦੇ ਉੱਤੇ ਵੀ ਮੰਨ ਲਓ ਕਿਸੇ ਦਾ ਕਿਤੇ ਕੋਈ ਰਜਿਸਟਰ ਦੇ ਵਿੱਚ ਨੰਬਰ ਲਿਖਿਆ ਮਿਲ ਗਿਆ ਉਹਦੇ ਆਧਾਰ ਦੇ ਉੱਤੇ ਬੰਦੇ ਦਾ ਪਤਾ ਕਰਕੇ ਉਹਨਾਂ ਦੇ ਘਰ ਦੇ ਵਿੱਚ ਨੋਟਿਸ ਪਹੁੰਚਾਇਆ ਜਾ ਰਿਹਾ ਇਸ ਕਰਕੇ ਕਿਸਾਨਾਂ ਦੇ ਨਾਲ ਜ਼ਿਆਰਤੀ ਕਰਨ ਦਾ سلسلہ ਜਾ ਰਹੀ ਹੈ ਇਹ ਗੱਲ ਹੁਣ ਤੱਕ ਬਲਵੀਰ ਸਿੰਘ ਰਾਜੇਵਾਲ ਵੀ ਤੇ ਕਈ ਹੋਰ ਕਿਸਾਨ ਆਗੂ ਕਹਿ ਚੁੱਕੇ ਆ ਜੀ ਕਿ ਕਿਸੇ ਨੂੰ ਕਿਤੇ ਪੇਸ਼ ਹੋਣ ਦੀ ਲੋੜ ਨਹੀਂ ਦਿੱਲੀ ਦੀ ਪੁਲਿਸ ਕਿ ਤਾ ਕਰ ਰਹੀ ਹੈ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਖੱਜਲਤਾ ਦਾ سلسلہ ਲਗਾਤਾਰ جاری ਹੈ ਪਰ ਪਰਵਾਹ ਨਹੀਂ ਕਰਨੀ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਟੋਂ ਪਛਾਣ ਨਹੀਂ ਹੈਗੇ ਜਿਹੜੇ ਵੀ ਇਸ ਵਕਤ ਜ਼ਿਲ੍ਹਾ ਦੇ ਵਿੱਚ ਮੰਦ ਆ ਜਿਨ੍ਹਾਂ ਦੇ ਉੱਤੇ ਵੀ ਪਰਚੇ ਦਰਜ ਹੋਏ ਆ ਜਿਨ੍ਹਾਂ ਨੂੰ ਵੀ ਨੋਟਿਸ ਇਸ ਵਕਤ ਆ ਰਹੇ ਆ ਉਹਦੇ ਨਾਲ ਸੰਯੁਕਤ ਕਿਸਾਨ ਮੋਰਚਾ ਖੜਾ ਦੂਜੀ ਗੱਲ ਇਹ ਆ ਨਰੇਸ਼ਟ ਕੈਤ ਦੇ ਹਵਾਲੇ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਜੀ ਕਿ ਬੀਜੇਪੀ ਦੇ ਨੇਤਾਵਾਂ ਨੂੰ ਆਪਣੇ ਪ੍ਰੋਗਰਾਮਾਂ ਦੇ ਵਿੱਚ ਨਾ ਵਾੜੋ ਅਸਲ ਨੇ ਵਿੱਚ ਭਾਵੇਂ ਪੰਜਾਬ ਦੀ ਗੱਲ ਕਰਗੇ ਭਾਵੇਂ ਭਾਰਤ ਦੇ ਕਿਸੇ ਹੋਰ ਸੂਬੇ ਦੀ ਗੱਲ ਕਰਗੇ ਸਾਡੇ ਲੋਕ ਸਮਝਣ ਵਾਲੇ ਨਹੀਂ ਸਾਨੂੰ ਇਹ ਨਹੀਂ ਕਿ ਫਲਾਣੀ ਪਾਰਟੀ ਦੇ ਆਗੂਆਂ ਨੂੰ ਨਾ ਸਦੋ ਮਸਲਾ ਇਹ ਆ ਵੀ ਜਿਹੜੇ ਤੁਹਾਡੇ ਨਿੱਜੀ ਪ੍ਰੋਗਰਾਮ ਆ ਉਹਦੇ ਵਿੱਚ ਵੀ ਆਪਦੀ ਪੂਛ ਲਵਾਉਣ ਦੇ ਲਈ ਜਾਂ ਆਪਦੀ ਬੱਲੇ ਬੱਲੇ ਕਰਵਾਉਣ ਦੇ ਲਈ ਅਸੀਂ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਵੜਦੇ ਆ ਜਿਹੜੇ ਕਿਸੇ ਦੇ ਵੀ ਸਕੇ ਨਹੀਂ ਆ ਸੋ ਇਸ ਕਰਕੇ ਇਹਨੂੰ ਜੁਰਮਾਨਾ ਮੰਨੀਏ ਜਾਂ ਇਹਨੂੰ ਤੁਸੀਂ ਕਹੋ ਵੀ ਇੱਕ ਸਲਾਹ ਤੇ ਜਾਂ ਆਦੇਸ਼ ਆ ਤੇ ਜਾਂ ਫਿਰ ਤੁਸੀਂ ਕਹੋ ਜੀ ਕਿ ਇੱਕ ਫੰਡ ਦੇ ਤੌਰ ਦੇ ਉੱਤੇ ਗੱਲ ਆ ਕਿਉਂਕਿ 100 ਲੋਕਾਂ ਨੂੰ ਭੋਜਨ ਕਰਵਾਉਣਾ ਪਊਗਾ ਵਲੰਟੀਅਰ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਆ ਇਹ ਤਕੈਤ ਹੋਰਾਂ ਨੇ ਗੱਲ ਕਹੀ ਆ ਉਸ ਤੋਂ ਅਗਲੀ ਗੱਲ ਇਹ ਆ ਵੀ ਜੋ ਨਰਿੰਦਰ ਸਿੰਘ ਤੋਮਰ ਹੋਰਾਂ ਦੇ ਵੱਲੋਂ ਆਖਿਆ ਗਿਆ ਉਹਦੇ ਉੱਤੇ ਕਈ ਤਰ੍ਹਾਂ ਦੀ ਚਰਚਾ ਛੜੀ ਆ ਕਿਉਂਕਿ ਜੇਕਰ ਇਸ ਵਕਤ ਭਾਜਪੀ ਦੀ ਸਰਕਾਰ ਕੇਂਦਰ ਦੀ ਸਰਕਾਰ ਇਹ ਚਾਹੁੰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਆ ਤਾਂ ਫਿਰ ਤਰੀਕ ਕਿਉਂ ਨਹੀਂ ਦਿੱਤੀ ਜਾ ਰਹੀ ਜਦੋਂ ਮੋਦੀ ਸਾਹਿਬ ਇਹ ਗੱਲ ਕਹਿੰਦੇ ਆ ਕਿ ਮੇਰੇ ਤੇ ਕਿਸਾਨਾਂ ਦਰਮਿਆਨ ਸਿਰਫ ਇੱਕ ਫੋਨ ਕਾਲ ਦੀ ਦੂਰੀ ਆ ਤੇ ਕਰਦੇ ਉਹ ਫੋਨ ਹੈ ਨਹੀਂ ਤੇ ਕਿਸਾਨ ਹਾਲੇ ਤੱਕ ਉਡੀਕੀ ਜਾਂਦੇ ਆ ਵਾਰ-ਵਾਰ ਉਹ ਕਹਿੰਦੇ ਵੀ ਤਰੀਕ ਫਿਕਸ ਕਰੋ ਪਰ ਹਾਲੇ ਤੱਕ ਕੋਈ ਗੱਲਬਾਤ ਨਹੀਂ ਹੋ ਰਹੀ ਤੋਮਰ ਖੁਰਾਂ ਦਾ ਇਹ ਗੱਲ ਕਹਿਣਾ ਕਿ ਜੀ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦੇ ਕਰਕੇ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਇਹ ਨਿਰਾਪuraਈ ਝੂਠਾ ਇਹਦੇ ਬਾਬਤ ਬੱਚਾ-ਬੱਚਾ ਵੀ ਜਾਣਦਾ ਕਮਾਲ ਇਸ ਗੱਲ ਦਾ ਵੀ ਹੁਣ ਤੱਕ ਇਹ ਸਮਝਿਆ ਜਾਂਦਾ ਸੀ ਕਿ ਬੀਜੇਪੀ ਦੀ ਪੱਕੀ ਵੋਟ ਸ਼ਹਿਰੀ ਖੇਤਰ ਦੇ ਵਿੱਚ ਹੈ ਤੇ ਇਹ ਗੱਲ ਕਹੀ ਜਾਂਦੀ ਸੀ ਕਿ ਜਿਹੜਾ ਇਹ ਕਿਸਾਨ ਅੰਦੋਲਨ ਆ ਇਹ ਸਿਰਫ ਤੇ ਸਿਰਫ ਪੰਜਾਬ ਦੇ ਬਾਕੀ ਸੂਬਿਆਂ ਦੇ ਪਿੰਡੂ ਪ੍ਰਭਾਵ ਵਾਲਾ ਸੋ ਜਦੋਂ ਹੁਣ ਪੰਜਾਬ ਦੇ ਸ਼ਹਿਰੀ ਖੇਤਰ ਦੇ ਵਿੱਚ ਵੀ ਬੀਜੇਪੀ ਨੂੰ ਥੋਬੀ ਪਟ ਉਹ ਲੋ ਸਫਾਈਆਂ ਨਿਤਾਂ ਜਾ ਰਹੀਆਂ ਕਿ ਇਦਾਂ ਦੀ ਕੋਈ ਗੱਲ ਨਹੀਂ ਇਹ ਤਾਂ ਜੀ ਜਾਣਬੁੱਝ ਕੇ ਸਾਰਾ ਕੁਝ ਕੀਤਾ ਗਿਆ ਇਹਦੇ ਪਿੱਛੇ ਕਾਰਨ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਤੋੜ ਵਿਛੋੜੇ ਦਾ ਤੋਮਰ ਸਾਹਿਬ ਨੂੰ ਤੇ ਬਾਕੀ ਕੇਂਦਰੀ ਮੰਤਰੀਆਂ ਨੂੰ ਇਹ ਚਾਹੀਦਾ ਕਿ ਉਹ ਕੰਡ ਦੇ ਉੱਤੇ ਲਿਖਿਆ ਪੜਨ ਜੇਕਰ ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਬੀਜੇਪੀ ਨੂੰ ਇੰਨੇ ਵੱਡੇ ਪਦਰ ਤੋਂ ਛਟਕਾ ਨਾ ਲੱਗੇ ਜਿਵੇਂ ਕਿ ਲੱਗਣ ਦੀ ਆਸ ਬਣਦੀ ਜਾ ਰਹੀ ਹੈ ਤਾਂ ਉਹਨਾਂ ਨੂੰ ਕਿਸਾਨੀ ਮੰਗਾਂ ਮੰਡ ਲੈਣੀਆਂ ਚਾਹੀਦੀਆਂ ਘੱਟੋ-ਘੱਟ ਮੀਟਿੰਗ ਤਾਂ ਤੈਅ ਕਰ ਹੀ ਲੈਣੀ ਚਾਹੀਦੀ ਹੈ ਤੇ ਮੀਟਿੰਗ ਦੇ ਵਿੱਚ ਗੱਲਬਾਤ ਦਾ ਹੱਲ ਕੋਈ ਨਾ ਕੋਈ ਸ਼ਾਇਦ ਨਿਕਲ ਵੀ ਆਵੇ ਪਰ ਜਾਣਕਰ ਸੂਤਰੇ ਗੱਲ ਦੱਸਦੇ ਆ ਕਿ ਕੇਂਦਰ ਦੇ ਮੰਤਰੀਆਂ ਨੂੰ ਇਸ ਗੱਲ ਦਾ ਫਿਕਰ ਸਤਾਉਣ ਲੱਗ ਪਿਆ ਵੀ ਜਿਵੇਂ ਪਿਛਲੇ ਦਿਨੀ 4 ਘੰਟੇ ਦੇ ਲਈ ਭਾਰਤ ਦੇ ਵਿੱਚ ਰੇਲਾਂ ਰੁਕ ਗਈਆਂ ਤੇ ਪੰਜਾਬ ਤੇ ਹਰਿਆਣਾ ਸਮੇਤ ਕਈ ਹੋਰ ਸੂਬਿਆਂ ਦੇ ਵਿੱਚ ਵੀ ਇਹਦਾ ਬਹੁਤ ਵੱਡਾ ਜ਼ਬਰਦਸਤ ਪ੍ਰਭਾਵ ਦੇਖਣ ਨੂੰ ਮਿਲਿਆ ਕਿਤੇ ਇਹ ਨਾ ਹੋਵੇ ਪੱਛਮੀ ਬੰਗਾਲ ਦੇ ਵਿੱਚ ਵੀ ਇਹ ਕਿਸਾਨ ਅਧੂਰਣ ਸਾਡੀਆਂ ਜੜਾਂ ਦੇ ਵਿੱਚ ਬੈਠ ਜੇ ਇਸ ਕਰਕੇ ਭਾਜਪਾ ਦੇ ਅੰਦਰ ਕਾਫੀ ਖੇਲੋਜਲ ਹੋਣੀ ਸ਼ੁਰੂ ਹੋਈ ਹੈ ਜਿਵੇਂ ਕਿ ਅਸੀਂ ਪਹਿਲੀ ਖਬਰ ਦੇ ਵਿੱਚ ਗੱਲ ਕੀਤੀ ਹੈ ਦਿੱਲੀ ਦੀ ਪੁਲਿਸ ਦੇ ਵੱਲੋਂ ਨੋਟਿਸ ਜਾਰੀ ਕਰਨ ਦਾ ਸਿਲਸਿਲਾ ਸਿਖਰ ਦੇ ਉੱਤੇ ਆ ਦਿੱਲੀ ਦੀ ਪੁਲਿਸ ਦੇ ਵੱਲੋਂ ਹੁਣ ਇੱਕ ਨਵਾਂ ਕੰਮ ਸ਼ੁਰੂ ਕੀਤਾ ਗਿਆ 26 ਜਨਵਰੀ ਗਣਤੰਤਰ ਦਿਵਸ ਦੀ ਪਰੇਡ ਦੇ ਮੌਕੇ ਲਾਲ ਕਿਲੇ ਦੇ ਉੱਤੇ ਜੋ ਕੁਝ ਹੋਇਆ ਵਾਪਰਿਆ ਉਸ ਮਾਮਲੇ ਦੇ ਵਿੱਚ ਦਰਜਨਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀਆਂ ਫੋਟੋਆਂ ਜਿਹੜੀਆਂ ਉਹ ਵਾਇਰਲ ਕੀਤੀਆਂ ਲੋਕਾਂ ਦੀਆਂ ਫੋਟੋ ਜਨਤਕ ਕੀਤੀਆਂ ਕੋਈ ਉੱਥੇ ਗਿਆ ਉਹਦੀ ਫੋਟੋ ਵੀਡੀਓ ਦੇ ਵਿੱਚੋਂ ਕੱਢੀ ਗਈ ਹੈ ਕਿਸੇ ਦੀ ਕਿਤੇ ਹੋਰ ਚੈਨਲ ਤੋਂ ਲੈ ਲਈ ਗਈ ਹੈ ਕਿਸੇ ਦੀ ਕਿਵੇਂ ਕਿਸੇ ਦੀ ਕਿਵੇਂ ਇਹ ਸਾਰੀਆਂ ਫੋਟੋਆਂ ਕਿਸੇ ਦੀ ਸੀਸੀਟੀਵੀ ਕੈਮਰੇ ਤੋਂ ਪਤਾ ਲੱਗਾ ਵੀ ਇਹ ਵੀ ਉੱਥੇ ਗਏ ਸੀਗੇ ਉਹਨਾਂ ਇਹਨਾਂ ਫੋਟੋਆਂ ਨੂੰ ਇਸ ਵਕਤ ਜਨਤਕ ਕੀਤਾ ਗਿਆ ਤੇ ਹੁਣ ਇਹਨਾਂ ਸਾਰੇ ਲੋਕਾਂ ਦੀ ਭਾਵੇਂ ਉਹ ਪੰਜਾਬ ਦੇ ਆ ਭਾਵੇਂ ਹਰਿਆਣਾ ਦੇ ਆ ਭਾਵੇਂ ਕਿਤੋਂ ਦੇ ਵੀ ਆ ਇਹਨਾਂ ਦੀ ਫੜੋ ਫੜੀ ਦਾ ਕੰਮ ਸ਼ੁਰੂ ਕੀਤਾ ਜਾਣਾ ਇਹ ਜਿੰਨੀਆਂ ਫੋਟੋ ਵਾਇਰਲ ਕੀਤੀਆਂ ਗਈਆਂ ਵੱਡੀ ਗਿਣਤੀ ਦੇ ਵਿੱਚ ਫੋਟੋਆਂ ਨਸ਼ਰ ਕੀਤੀਆਂ ਗਈਆਂ ਇਹਨਾਂ ਦੇ ਵਿੱਚੋਂ ਬਹੁਤ ਗਿਣਤੀ ਪੰਜਾਬੀ ਕਿਸਾਨ ਆ ਪੰਜਾਬੀ ਨੌਜਵਾਨ ਆ ਸੋ ਇਸ ਕਰਕੇ ਪੰਜਾਬ ਦੇ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਗੱਲ ਕਹੀ ਆ ਵੀ ਚਿੰਤਾ ਦੀ ਕੋਈ ਗੱਲ ਨਹੀਂ ਦਿੱਲੀ ਦੀ ਪੁਲਿਸ ਹੁਣ ਹੋਛੀਆਂ ਹਰਕਤਾਂ ਦੇ ਉੱਤੇ ਉਤਰ ਆਈ ਆ ਪਤਾ ਇਹ ਲੱਗਾ ਵੀ ਜਿਹੜੀ ਫੋਰੈਂਸਿਕ ਟੀਮ ਆ ਦਿੱਲੀ ਦੀ ਉਹਦੇ ਵੱਲੋਂ ਸਾਰੀਆਂ ਫੋਟੋਆਂ ਜਿਹੜੀਆਂ ਉਹ ਕੱ ਕਾਂ ਦੀ ਪਛਾਣ ਕਰਕੇ ਵੀ ਆਪ ਫਲਾਣਾ ਨੌਜਵਾਨ ਆ ਫਲਾਣਾ ਨੌਜਵਾਨ ਆ ਇਹਦੀ ਤਸਵੀਰ ਆ ਆ ਤਸਵੀਰ ਆ ਤਸਵੀਰ ਸਾਰੀਆਂ ਤਸਵੀਰਾਂ ਹੁਣ ਸਾਫ਼ ਨਜ਼ਰ ਆਉਂਦੀਆਂ ਸਭ ਚਿਹਰੇ ਸਾਫ਼ ਨਜ਼ਰ ਆਉਂਦੇ ਆ ਇਹ ਸਾਰੀਆਂ ਤਸਵੀਰਾਂ ਦਿੱਲੀ ਦੀ ਪੁਲਿਸ ਨੂੰ ਦਿੱਤੀ ਗਈਆਂ ਦਿੱਲੀ ਦੀ ਪੁਲਿਸ ਨੇ ਹੁਣ ਮੀਡੀਆ ਦੇ ਵਿੱਚ ਨਸ਼ਰ ਕਰ ਦਿੱਤੀਆਂ ਤੇ ਆਉਂਦੇ ਦਿਨਾਂ ਦੇ ਵਿੱਚ ਫੜੋ ਫੜੀ ਦਾ سلسلہ ਸ਼ੁਰੂ ਹੋਣਾ ਹੋਰ ਕਮਾਲ ਦੀ ਗੱਲ ਇਹ ਹੈ ਵੀ ਰੁਲਦੂ ਸਿੰਘ ਮਾਨਸਾ ਜਿਹੜੇ ਕਿ ਕਿਸਾਨ ਆਗੂ ਆ ਖੁੰਡੇ ਵਾਲੇ ਤੇ ਗਾਇਕ ਇੰਦਰਜੀਤ ਨਿੱਕੂ ਆ ਜਿਹੜੇ ਇਹਨਾਂ ਦੋਹਾਂ ਜਣਿਆਂ ਦੀ ਫੋਟੋ ਵੀ ਵਾਇਰਲ ਕੀਤੀ ਗਈ ਆ ਇਹ ਫੋਟੋ ਨਸ਼ਰ ਕਰ ਦਿੱਤੀ ਗਈਆਂ ਵੀ ਇਹ ਵੀ ਲਾਲ ਕਿਲੇ ਉੱਤੇ ਆਈ ਸੀ ਪਰ ਦੋਨਾਂ ਹੀ ਵਿਅਕਤੀਆਂ ਦੇ ਵੱਲੋਂ ਰੁਲਦੂ ਸਿੰਘ ਮਾਨਸਾ ਦੇ ਵੱਲੋਂ ਵੀ ਤੇ ਨਿੱਕੂ ਦੇ ਵੱਲੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਹੀ ਹੈ ਵੀ ਕੋਈ ਵੀ ਇੱਕ ਵਿਅਕਤੀ ਇਹ ਗੱਲ ਸਾਬਤ ਕਰੇ ਕਿ ਅਸੀਂ ਲਾਲ ਕਿਲੇ ਦੇ ਉੱਤੇ ਗਏ ਆ ਕਿਸੇ ਚੈਨਲ ਦੇ ਉੱਤੇ ਸਾਡੀ ਫੋਟੋ ਆਈ ਹੋਵੇ ਕਿਸੇ ਦੇ ਕੋਲੇ ਕੋਈ ਵੀਡੀਓ ਹੋਵੇ ਲਾਲ ਕਿਲੇ ਦੇ ਮੁਰੇ ਅਸੀਂ ਖੜੇ ਆ ਤੇ ਉਸ ਦਿਨ ਦੀ ਕੋਈ ਫੋਟੋ ਦਿਖਾ ਦਿਓ ਸਾਡਾ ਕੋਈ ਭਾਸ਼ਣ ਦਿਖਾ ਦਿਓ ਕਿਸੇ ਪੁਲਿਸ ਅਧਿਕਾਰੀ ਕਰਮਚਾਰੀ ਨੇ ਸਾਨੂੰ ਦੇਖਿਆ ਹੋਵੇ ਕਿਸੇ ਆਮ ਬੰਦੇ ਨੇ ਸਾਨੂੰ ਦੇਖਿਆ ਹੋਵੇ ਵੀ ਉਹ ਦੇਖੋ ਜੀ ਰੁਲਦੂ ਸਿੰਘ ਮਾਨਸਾ ਵੀ ਚੱਲਿਆ ਤੇ ਰੁਲਦੂ ਸਿੰਘ ਮਾਨਸਾ ਹੋਰਾਂ ਨੇ ਇਹ ਗੱਲ ਕਹੀ ਹੈ ਵੀ ਪ੍ਰਵਾਹ ਸਾਨੂੰ ਕੋਈ ਨਹੀਂ ਖੂੰਡਾ ਮੇਰਾ ਖੜਕਦਾ ਮੈਂ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਕਰਦਾ ਇਹਨਾਂ ਦੇ ਵੱਲੋਂ ਘਟਿਆ ਹਰਕਤਾਂ ਦੇ ਉੱਤੇ ਉਤਰਿਆ ਗਿਆ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਕਰਤੂਤਾ ਕਰਨਗੇ ਜਿਸ ਤਰੀਕੇ ਦੇ ਨਾਲ ਮੇਰੀ ਕਿਤੇ ਹੋਰ ਵਾਲੀ ਫੋਟੋ ਹੈ ਜਿਹੜੀ ਉਹ ਚਾੱਕ ਕੇ ਇਹ ਪੇਸ਼ ਕੀਤਾ ਜਾ ਰਿਹਾ ਜੀ ਕਿ ਤੇ ਗਏ ਸੀ ਮੈਂ ਕੋਈ ਲਾਲ ਕਿਲੇ ਦੇ ਉੱਤੇ ਨਹੀਂ ਗਿਆ ਤੇ ਇਵੇਂ ਇੰਦਰਜੀਤ ਨਿੱਕੂ ਨੇ ਕਿਹਾ ਕਿ ਮੈਂ ਆਪਣੇ ਸਾਥਗਾਨ ਦੇ ਸਮੇਤ ਗਿਆ ਜ਼ਰੂਰ ਸੀ ਰਿੰਗ ਰੋਡ ਦੇ ਉੱਤੇ ਵੀ ਅਸੀਂ ਗਏ ਪਰ ਜਦੋਂ ਸਾਨੂੰ ਪਤਾ ਲੱਗਾ ਜੀ ਕਿ ਮਾਹੌਲ ਵਿਗੜ ਰਿਹਾ ਅਸੀਂ ਲਾਲ ਕਿਲੇ ਦੇ ਵੱਲ ਗਏ ਹੀ ਨਹੀਂ ਅਸੀਂ ਲਾਲ ਕਿਲੇ ਦੇ ਵੱਲ ਪੈਰ ਹੀ ਨਹੀਂ ਪਟਿਆਗਾ ਤੇ ਫਿਰ ਲਾਲ ਕਿਲੇ ਦੀ ਹਿੰਸਾ ਦੇ ਮਾਮਲੇ ਦੇ ਵਿੱਚ ਸਾਡੀਆਂ ਫੋਟੋ ਕਿਵੇਂ ਵਾਇਰਲ ਕੀਤੀਆਂ ਗਈਆਂ ਇਸ ਰਿਪੋਰਟ ਦਾ ਪਹਿਲਾ ਵੇਰਵਾ ਸਾਂਝਾ ਕਰਦੇ ਆਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ 26 ਜਨਵਰੀ ਨੂੰ ਟਰੈਕਟਰ ਪਰੇਡ ਮੌਕੇ ਹੋਈ ਹਿੰਸਾ ਦੇ ਮਾਮਲੇ ਵਿੱਚ ਦਿੱਲੀ ਦੀ ਪੁਲਿਸ ਲਗਾਤਾਰ ਗ੍ਰਿਫਤਾਰੀਆਂ ਕਰ ਰਹੀ ਹੈ ਸੂਤਰਾਂ ਦੇ ਮੁਤਾਬਕ ਫੋਰੈਂਸਿਕ ਵਿਭਾਗ ਨੇ ਇਸ ਮਾਮਲੇ ਵਿੱਚ ਕੁਝ ਫੋਟੋਆਂ ਦਿੱਲੀ ਦੀ ਪੁਲਿਸ ਨੂੰ ਸੌਂਪੀਆਂ ਨੇ ਜਿਦੇ ਵਿੱਚ ਇੱਕ ਫੋਟੋ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਵੀ ਹੈ ਦਰਅਸਲ ਗੁਜਰਾਤ ਤੋਂ ਵਿਸ਼ੇਸ਼ ਫੋਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਦੀ ਟੀਮ ਨੇ ਵਿਸ਼ੇਸ਼ ਤਕਨੀਕ ਦੇ ਰਾਹੀਂ ਪ੍ਰਦਰਸ਼ਨਕਾਰੀਆਂ ਦੀਆਂ ਫੋਟੋਆਂ ਤੇ ਵੀਡੀਓ ਇਕੱਤਰ ਕੀਤੀਆਂ ਨੇ ਇਸ ਤੋਂ ਬਾਅਦ ਉਹਨਾਂ ਫੋਟੋਆਂ ਦੀ ਪਛਾਣ ਕਰ ਲਈ ਗਈ ਹੈ ਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ ਜਿਦੇ ਕੀਤੀ ਜਾਵੇਗੀ ਇਸ ਦੇ ਦਰਮਿਆਨ ਇੰਦਰਜੀਤ ਨਿੱਕੂ ਨੇ ਆਪਣਾ ਸਪਸ਼ਟਿਕਰਨ ਦਿੱਤਾ ਆਪਣੇ ਫੇਸਬੁੱਕ ਸਫੇ ਤੇ ਲਾਈਵ ਹੋ ਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਲਾਲ ਕਿਲੇ ਦੇ ਉੱਤੇ ਹਿੰਸਾ ਮੌਕੇ ਉੱਥੇ ਮੌਜੂਦ ਹੀ ਨਹੀਂ ਸਨ ਉਹ ਤੇ ਉਹਨਾਂ ਦਾ ਕੋਈ ਵੀ ਸਾਥੀ ਲਾਲ ਕਿਲੇ ਤੇ ਨਹੀਂ ਗਿਆ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਹੈ ਤੇ ਅੱਗੇ ਤੋਂ ਵੀ ਕਿਸਾਨਾਂ ਦੇ ਨਾਲ ਰਹਿਣਗੇ ਗਣਤੰਤਰ ਦਿਵਸ ਦੇ ਮੌਕੇ ਕਿਸਾਨ ਅੰਦੋਲਨਕਾਰੀਆਂ ਨੇ ਖੇਤੀਬਾੜੀ ਕਰੋਨਾ ਦੀ ਖਿਲਾਫਤ ਕਰਦਿਆਂ ਟਰੈਕਟਰ ਪ੍ਰੇਡ ਕੱਢੀ ਸੀ ਇਸ ਸਮੇਂ ਦੌਰਾਨ ਆਈਟੀਓ ਆਊਟਰ ਰਿੰਗ ਰੋਡ ਕਰਨਾਲ ਬਾਈਪਾਸ ਸਮੇਤ ਕਈ ਥਾਵਾਂ ਦੇ ਉੱਤੇ ਕਿਸਾਨਾਂ ਤੇ ਦਿੱਲੀ ਪੁਲਿਸ ਦੇ ਆਂ ਝੜਪਾ ਹੋਈਆਂ ਸਨ 26 ਤਰੀਕ ਨੂੰ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਵੀ ਚੜਾਇਆ ਗਿਆ ਸੀ ਇਸ ਤੋਂ ਬਾਅਦ ਦਿੱਲੀ ਦੀ ਪੁਲਿਸ ਇਹ ਸਾਰੀ ਕਾਰਵਾਈ ਕਰ ਰਹੀ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਹੈ ਦੋਸਤੋ ਪਹਿਲੀ ਗਲਤੀ ਸੀ ਕਹਾਂਗੇ ਜੇਕਰ ਕਿਸੇ ਵੀ ਵਿਅਕਤੀ ਦੀ ਕੋਈ ਵੀ ਫੋਟੋ ਨਸ਼ਰ ਕੀਤੀ ਜਾਂਦੀ ਹੈ ਉਹ ਕੋਈ ਵੀ ਹੋ ਸਕਦਾ ਹੈ ਤੇ ਜੇਕਰ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਵਿਅਕਤੀ ਵੀ ਲਾਲ ਕਿਲੇ ਤੇ ਸੀ ਤਾਂ ਉਹਦੇ ਲਈ ਦਿੱਲੀ ਦੀ ਪੁਲਿਸ ਵੀ ਜਵਾਬਦੇਹ ਹੋਊਗੀ ਉਹਦਾ ਕਾਰਨ ਇਹ ਆ ਇੰੋਂ ਤੱਕ ਕਿਸੇ ਨਹੀਂ ਵੀ ਫੇਸਬੁੱਕ ਤੋਂ ਫੋਟੋ ਚੱਕ ਕੇ ਪਾ ਦਿਓ ਦਿੱਲੀ ਦੀ ਪੁਲਿਸ ਨੂੰ ਇਹ ਵੀ ਤਾਂ ਦਿਖਾਉਣਾ ਪਊਗਾ ਅਦਾਲਤ ਦੇ ਵਿੱਚ ਵੀ ਜਾਂ ਕਿਤੇ ਵੀ ਹੋਰ ਜਿੱਥੇ ਕੋਈ ਇਹ ਕਾਰਵਾਈ ਹੁੰਦੀ ਵੀ ਆਹ ਦੇਖੋ ਜੀ ਸਾਡੇ ਕੋਲੇ ਆਹ ਵੀਡੀਓ ਆ ਆ ਦੇਖੋ ਜੀ ਸਾਡੇ ਕੋਲੇ ਆਹ ਸਬੂਤ ਹੈ ਜਿਹਦੇ ਆਧਾਰ ਦੇ ਉੱਤੇ ਅਸੀਂ ਇਸ ਬੰਦੇ ਦੇ ਉੱਤੇ ਕਾਰਵਾਈ ਕਰ ਰਹੇ ਹਾਂ ਪਰ ਜੇਕਰ ਕਿਸੇ ਦੀ ਕੋਈ ਵੀਡੀਓ ਵੀ ਹੈ ਨਹੀਂ ਜੇਕਰ ਕਿਸੇ ਦੀ ਕੋਈ ਖਬਰ ਵੀ ਹੈ ਨਹੀਂ ਵੀ ਖਬਰ ਦੇ ਵਿੱਚ ਫੋਟੋ ਲੱਗੀ ਹੋਵੇ ਜੇਕਰ ਕਿਸੇ ਦੇ ਮੋਬਾਈਲ ਦੇ ਵਿੱਚ ਵੀ ਕਲਿੱਪ ਹੈ ਨਹੀਂ ਜੇਕਰ ਕਿਸੇ ਦਾ ਕੋਈ ਬਿਆਨ ਵੀ ਹੈ ਨਹੀਂ ਹੋ ਜਾ ਜੇਕਰ ਕਿਸੇ ਦਾ ਕੋਈ ਚਸ਼ਮਦੀਦ ਗਵਾਹ ਵੀ ਹੈ ਨਹੀਂ ਕਿ ਫਲਾਣਾ ਬੰਦਾ ਜਿਹਦੇ ਬਾਰੇ ਤੁਸੀਂ ਗੱਲ ਕਰਦੇ ਆ ਇਹਨੂੰ ਮੈਂ ਉੱਥੇ ਦੇਖਿਆ ਤਾਂ ਫਿਰ ਇਹ ਸਾਰੀਆਂ ਗੱਲਾਂ ਇਹ ਸਾਰੀਆਂ ਜਿਹੜੀਆਂ ਰਿਪੋਰਟਾਂ ਇਹ ਝੂਠੀਆਂ ਸਾਬਤ ਹੋਣਗੀਆਂ ਰੁਲਦੂ ਸਿੰਘ ਮਾਨਸਾ ਹੋਰਾਂ ਨੇ ਤੇ ਵੀ ਗੱਲ ਕਹੀ ਹੈ ਉਹ ਕਹਿੰਦੇ ਜੀ ਕਿ ਹੁਣ ਤੱਕ ਸਾਡੀ ਬਦਨਾਮ ਮੈਂ ਕਰਨੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗੰਗਾ ਸੀ ਹੁਣ ਤੱਕ ਅਸੀਂ ਕਹਿੰਦੇ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਹੀ ਗੱਪ ਮਾਰਦੇ ਆ ਪਰ ਉਹਨਾਂ ਨਾਲੋਂ ਵੱਡੇ ਗੱਪ ਹੁਣ ਦਿੱਲੀ ਦੀ ਪੁਲਿਸ ਵੀ ਮਾਰਨ ਲੱਗ ਪਈ ਹੈ ਉਹਨਾਂ ਨੇ ਕਿਹਾ ਜੀ ਮੇਰੇ ਉੱਤੇ 12 ਪਰਚੇ ਹੋਰ ਦਰਜ ਕਰ ਲਓ ਮੈਨੂੰ ਕੋਈ ਪਰਵਾਹ ਨਹੀਂ ਪਰ ਮੇਰੇ ਉੱਤੇ ਉਹ ਇਲਜ਼ਾਮ ਨਾ ਲਾਓ ਜਿਹੜਾ ਕੰਮ ਮੈਂ ਕੀਤਾ ਹੀ ਨਹੀਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿਸਾਨ ਜਥੇਬੰਦਗਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਥੇਬੰਦਗਾਂ ਦੇ ਵੱਲੋਂ ਉਸੇ ਰੂਟ ਦੇ ਉੱਤੇ 26 ਤਰੀਕ ਨੂੰ ਜਾਇਆ ਗਿਆ ਜਿਹੜੇ ਰੂਟ ਦੇ ਮੁਤਲਕ ਦਿੱਲੀ ਦੀ ਪੁਲਿਸ ਨਾਲ ਪਹਿਲਾਂ ਗੱਲ ਹੋਈ ਸੀ ਉਹਨਾਂ ਨੇ ਕਿਹਾ ਜੀ ਕਿ ਪਰ ਅਸੀਂ ਮੁੜੇ ਨਹੀਂ ਪਰ ਫਿਰ ਵੀ ਜੇਕਰ ਲਾਲ ਕਿਲੇ ਦੇ ਮਾਮਲੇ ਦੇ ਵਿੱਚ ਮੇਰੀ ਫੋਟੋ ਨਸ਼ਰ ਕਰਦੇ ਆ ਤਾਂ ਮੈਨੂੰ ਕੋਈ ਪਰਵਾਹ ਨਹੀਂ ਜੋ ਕਰਨਾ ਕਰ ਲੈਣ ਅਸੀਂ ਡਰਨ ਵਾਲੇ ਵੀ ਨਹੀਂ ਅਸੀਂ ਮਰ ਜਾਵਾਂਗੇ ਪਰ ਅਸੀਂ ਵਾਪਸ ਨਹੀਂ ਪਰਤਾਂਗੇ ਅਦੋਲਨ ਖਤਮ ਕਰਕੇ ਜਿੰਨੀ ਦੇਰ ਤੱਕ ਤਿੰਨੇ ਖੇਤੀਕਰੂਨ ਰੱਦ ਨਹੀਂ ਹੁੰਦੇ ਉਹਨਾਂ ਦੇ ਵੱਲੋਂ ਇਹ ਬੜਕ ਮਾਰ ਕੇ ਗੱਲ ਕਹੀ ਗਈ ਹੈ ਕਿ ਪੁਲਿਸ ਨੇ ਜੋ ਕਰਨਾ ਕਰ ਲੋ ਉਧਰ ਇੰਦਰਜੀਤ ਨਿਕੂਨੇ ਗੱਲ ਕਹੀ ਹੈ ਵੀ ਜੇਕਰ ਮੇਰੀ ਕਿਤੇ ਵੀ ਕੋਈ ਵੀਡੀਓ ਹੈਗੀ ਹੈ ਜਾਂ ਕਿਸੇ ਚੈਨਲ ਦੇ ਉੱਤੇ ਚੱਲੀ ਹੈ ਜਾਂ ਕੋਈ ਚਸ਼ਮਦੀਦ ਹੈਗਾ ਜਾਂ ਕੋਈ ਤੁਹਾਡੇ ਕੋਲੇ ਹੋਰ ਸਬੂਤ ਹੈਗਾ ਉਹ ਵੀ ਨਸ਼ਰ ਕੀਤਾ ਜਾਵੇ ਕਿਉਂਕਿ ਅਸੀਂ ਜੇਕਰ ਜਾਲ ਜੁੜੇਆਂ ਕਿਸਾਨਾਂ ਦੇ ਤਾਂ ਸਾਨੂੰ ਮੰਦ ਭਾਵਨਾ ਦੇ ਤਹਿਤ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਡਰਨ ਵਾਲੇ ਨਹੀਂ ਸੋ ਲੋੜ ਇਸ ਵਕਤ ਇਸ ਤਰਕ ਨੂੰ ਪੇਸ਼ ਕਰਨ ਦੀ ਹੈ ਵੀ ਦਿੱਲੀ ਦੀ ਪੁਲਿਸ ਕਿਹੜੇ ਸਬੂਤਾਂ ਦੇ ਆਧਾਰ ਦੇ ਉੱਤੇ ਕਿਹੜੀਆਂ ਵੀਡੀਓਜ਼ ਦੇ ਆਧਾਰ ਦੇ ਉੱਤੇ ਸਾਰਾ ਕੁਝ ਕਰ ਰਹੀ ਹੈ ਉਸ ਦਿਨ ਤਾਂ ਕਈ ਲੋਕਾਂ ਨੇ ਉਹ ਕੱਪੜੇ ਵੀ ਨਹੀਂ ਪਾਏ ਸੀਗੇ 26 ਤਰੀਕ ਨੂੰ ਜਿਹੜੇ ਕੱਪੜਿਆਂ ਵਾਲੀਆਂ ਫੋਟੋਆਂ ਦਿੱਲੀ ਦੀ ਪੁਲਿਸ ਦੇ ਵੱਲੋਂ ਨਸ਼ਰ ਕੀਤੀਆਂ ਗਈਆਂ ਜਨਤਕ ਕੀਤੀਆਂ ਗਈਆਂ ਸੋ ਲੋਕਾਂ ਨੇ ਕਿਹਾ ਜੀ ਕਿ ਅਸੀਂ ਤਾਂ ਉਸ ਦਿਨ ਚਿੱਟੇ ਲੀੜੇ ਪਾਏ ਸੀ ਤੇ ਫੋਟੋ ਕਾਲੇ ਲੀੜਿਆਂ ਵਾਲੀ ਪੇਸ਼ ਕੀਤੀ ਗਈ ਹੈ ਹੋ ਸਕਦਾ ਉਹਨਾਂ ਨੇ ਉਸ ਤੋਂ ਪਹਿਲਾਂ ਵੱਖ-ਵੱਖ ਥਾਵ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਇਹ ਲੋਕ ਗਏ ਉਹਨਾਂ ਦੀਆਂ ਫੋਟੋਆਂ ਉਦੋਂ ਵਾਲੀਆਂ ਵਾਇਰਲ ਕੀਤੀਆਂ ਸੋ ਆਉਂਦੇ ਦਿਨਾਂ ਦੇ ਵਿੱਚ ਇਹ ਮਾਮਲਾ ਕਾਫੀ ਪਖੰਡ ਦੇ ਅਸਾਰ ਜਾ ਫਰੇ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ ਅਸ਼ਵਨੀ ਸ਼ਰਮਾ ਦੇ ਵੱਲੋਂ ਲੰਘੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਹ ਚੋਣ ਨਤੀਜੇ ਬਿਲਕੁਲ ਨਹੀਂ ਮੰਨਦੇ ਜਿਹੜੇ ਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਨਗਰ ਨਿਗਮ ਨਗਰ ਕਾਉਂਸਲ ਤੇ ਨਗਰ ਪੰਚਾਇਤੀਆਂ ਚੋਣਾਂ ਦੇ ਵਿੱਚ ਆਏ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹਨਾਂ ਚੋਣਾਂ ਦੇ ਉੱਤੇ ਅਸੀਂ ਕਾਟਾ ਫੇਰਦੇ ਨਤੀਜਿਆਂ ਦੇ ਉੱਤੇ ਕਾਟਾ ਫੇਰਦੇ ਆ ਇਹਨਾਂ ਨੂੰ ਅਸੀਂ ਬਿਲਕੁਲ ਨਹੀਂ ਸਵੀਕਾਰਦੇ ਇਹ ਅਸਲ ਦੇ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੀ ਗੱਲ ਸੀ ਇਹ ਚੋਣਾਂ ਲੜੀਆਂ ਨਹੀਂ ਅਸਲ ਦੇ ਵਿੱਚ ਲੁੱਟ ਗਈਆਂ ਉਹਨਾਂ ਨੇ ਕਿਹਾ ਕਿ ਡੀਜੀਪੀ ਦੇ ਜ਼ੋਰ ਦੇ ਉੱਤੇ ਡੀਜੀਪੀ ਦੇ ਆਧਾਰ ਦੇ ਉੱਤੇ ਉਹਨਾਂ ਦਾ ਮੋਢਾ ਵਰਤ ਕੇ ਇਹ ਚੋਣਾਂ ਲੜੀਆਂ ਗਈਆਂ ਪੁਲਿਸ ਦੇ ਵੱਲੋਂ ਧੱਕ ਕੀਤੀ ਗਈ ਹੈ ਨਾ ਸਾਨੂੰ ਮੀਟਿੰਗਾਂ ਕਰਨ ਦਿੱਤੀਆਂ ਗਈਆਂ ਨਾ ਸਾਨੂੰ ਰੈਲੀਆਂ ਕਰਨ ਦਿੱਤੀਆਂ ਗਈਆਂ ਨਾ ਵਰਕਰਾਂ ਦੀ ਲਾਂਬੰਦੀ ਕਰਨ ਦਿੱਤੀ ਗਈ ਹੈ ਸਾਨੂੰ ਜਾਣ ਬੁੱਝ ਕੇ ਆਪਣੇ ਗੁੰਡਿਆਂ ਦੇ ਰਾਹੀਂ ਪਰੇਸ਼ਾਨ ਕੀਤਾ ਗਿਆ ਇਸ ਕਰਕੇ ਇਹਨਾਂ ਚੋਣਾਂ ਦੇ ਵਿੱਚ ਕੱਢਣ ਪਾਉਣ ਨੂੰ ਕੱਖ ਨਹੀਂ ਸੀ ਇਹ ਚੋਣਾਂ ਉਹਨਾਂ ਦੇ ਲਈ ਸੀ ਅਸੀਂ ਇਹਨਾਂ ਨੂੰ ਚੋਣਾਂ ਵੀ ਨਹੀਂ ਮੰਨਦੇ ਪਹਿਲਾਂ ਇਸ ਰਿਪੋਰਟ ਦਾ ਵੀਰਵਾ ਸੰਜਿਆ ਕਰਦੇ ਆਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਨਗਰ ਨਿਗਮ ਤੇ ਨਗਰ ਕੌਂਸਲਿੰਗਾਂ ਚੋਣਾਂ ਦੇ ਵਿੱਚ ਮਿਲੀ ਵੱਡੀ ਹਾਰ ਤੋਂ ਬਾਅਦ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਲੰਘੇ ਕੱਲ੍ਹ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਦੇ ਉੱਤੇ ਵੱਡੇ ਇਲਜ਼ਾਮ ਲਾਏ ਨੇ ਉਹਨਾਂ ਨੇ ਚੋਣ ਨਤੀਜੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਕਾਲੇ ਦਿਨਾਂ ਵਜੋਂ ਦਰਜ ਕੀਤਾ ਜਾਏਗਾ ਉਹਨਾਂ ਨੇ ਕਿਹਾ ਕਿ ਇਸ ਨੂੰ ਲੋਕਤੰਤਰ ਨਹੀਂ ਥਾ ਡੰਡਾ ਤੰਤਰ ਘਰਾਰ ਦੇਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਚੋਣਾਂ ਦੌਰਾਨ ਬੀਜੇਪੀ ਨੂੰ ਮੀਟਿੰਗ ਤੱਕ ਨਹੀਂ ਕਰਨ ਦਿੱਤੀ ਗਈ ਤੇ ਉਹਨਾਂ ਦੇ ਉੱਤੇ ਹਮਲੇ ਹੋਏ ਨੇ ਇਥੋਂ ਤੱਕ ਕਿ ਉਮੀਦਵਾਰਾਂ ਦੇ ਨਾਲ ਵੀ ਮਾਰਕੁੱਟ ਕੀਤੀ ਗਈ ਹੈ ਉਹਨਾਂ ਕਹਿੰਦੇ ਕਿ ਪੰਜਾਬ ਦੇ ਡੀਜੀਪੀ ਕਰਕੇ ਕਾਂਗਰਸ ਨੇ ਇੱਥੇ ਜਿੱਤ ਹਾਸਲ ਕੀਤੀ ਹੈ ਦਸਰਾ ਬਣਦਾ ਕਿ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਹੋਂ ਜਾਂ ਫਿਰ ਜਿੱਤ ਹਾਸਲ ਕੀਤੀ ਹੈ ਤੇ ਕਮਾਲ ਦੀ ਗੱਲ ਇਹ ਹੈ ਕਿ ਬੀਜੇਪੀ ਨੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਸਿਰਫ 20 ਤੇ ਨਗਰ ਕਾਉਂਸਲ ਦੀਆਂ ਚੋਣਾਂ ਦੇ ਵਿੱਚ ਸਿਰਫ 29 ਸੀਟਾਂ ਹਾਸਲ ਕੀਤੀਆਂ ਨੇ ਉਹਨਾਂ ਨੇ ਕਿਹਾ ਯਾਨੀ ਕਿ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੋਣਾਂ ਦੇ ਵਿੱਚ ਲੋਕ ਆਗੂ ਚੁਣਦੇ ਨੇ ਪਰ ਨਾਮਜ਼ਦਗੀ ਤੋਂ ਲੈ ਕੇ ਤੇ ਪੰਜਾਬ ਦੇ ਵਿੱਚ ਵੋਟਾਂ ਦੇ ਨਤੀਜਿਆਂ ਤੱਕ ਕੈਪਟਨ ਸਰਕਾਰ ਨੇ ਜੋ ਭੈ ਦਾ ਮਾਹੌਲ ਬਣਾਇਆ ਉਸ ਨੂੰ ਵੇਖ ਕੇ ਇਹੀ ਲੱਗਦਾ ਹੈ ਕਿ ਇਤਿਹਾਸ ਦੇ ਵਿੱਚ ਇਸ ਟੋਨ ਨੂੰ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜੋ ਚੋਣਾਂ ਦੇ ਨਤੀਜੇ ਆਏ ਆ ਪਿਛਲੇ ਦਿਨੀ ਇਹ ਦੇ ਮਤਲਬਕ ਹੁਣ ਮੰਥਨ ਯਾਨੀ ਕਿ ਚਰਚਾ ਦਾ ਪਰਚੋਲ ਦਾ سلسلہ ਸ਼ੁਰੂ ਹੋ ਚੁੱਕਿਆ ਪਰ ਦੂਜੀ ਗੱਲ ਇਹ ਵੀ ਕਹਿਣੀ ਬਣਦੀ ਹੈ ਵੀ ਇਹ ਤਾਂ ਗੱਲ ਸੱਚੀ ਆ ਕਿ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਭਾਜਪਾ ਦਾ ਪੰਜਾਬ ਦੇ ਵਿੱਚ ਵਿਰੋਧ ਕੀਤਾ ਗਿਆ ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਕਿ ਵਕ ਵਕ ਖਾਵਾਂ ਦੇ ਉੱਤੇ ਭਾਜਪਾ ਦੇ ਨੇਤਾਵਾਂ ਨੂੰ ਘੇਰਿਆ ਗਿਆ ਕਈ ਥਾਵਾਂ ਦੇ ਉੱਤੇ ਉਮੀਦਵਾਰਾਂ ਦੇ ਨਾਲ ਵੀ ਧੱਕਾ ਮੁਕੀ ਹੋਈ ਹੈ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਸਿਰਫ ਇਸੇ ਗੱਲ ਦੇ ਕਰਕੇ ਹਾਰੀ ਹੈ ਬੀਜੇਪੀ ਦੀਆਂ ਬਾਕੀ ਨੀਤੀਆਂ ਬੀਜੇਪੀ ਦੇ ਪ੍ਰਤੀ ਪਿਛਲੇ ਲੰਮੇ ਸਮੇਂ ਤੋਂ ਪੈਦਾ ਹੋ ਰਿਹਾ ਰੋਸ ਇਹ ਸਾਰਾ ਕੁਝ ਵੀ ਬਰਾਬਰ ਦਾ ਜ਼ਿੰਮੇਵਾਰ ਹੈਗਾ ਉਸ ਤੋਂ ਅਗਲੀ ਗੱਲ ਇਹ ਹੈ ਵੀ ਜੇ ਇਹ ਕਿਹਾ ਜਾਵੇ ਜੀ ਕਿ ਡੀਜੀਪੀ ਦੇ ਕਰਕੇ ਚੋਣ ਕਾਂਗਰਸ ਜਿੱਤ ਗਈ ਤਾਂ ਜਿਹੜੇ ਆਨੰਦਪੁਰ ਸਾਹਿਬ ਦੇ ਵਿੱਚ 13 ਜਾਣੇ ਹਜ਼ਾਰ ਜਿੱਤੇ ਆ ਇਹ ਕਿਹਦੇ ਕਰਕੇ ਜਿੱਤ ਗਏ ਜਿਹੜੇ ਮਾਨਸਾ ਦੇ ਜੋਗਾ ਕਸਬੇ ਦੇ ਵਿੱਚ 13 ਕਾਂਗਰਸ ਜਿੱਤ ਗਏ ਆ ਇਹ ਕਿਹਦੇ ਕਰਕੇ ਜਿੱਤੇ ਆ ਸੋ ਆਪਣੀ ਅਸਫਲਤਾ ਨੂੰ ਸਿਰਫ ਤੇ ਸਿਰਫ ਦੂਜੇ ਦੇ ਸਿਰ ਠਿਕਰਾ ਪਨ ਕੇ ਨਹੀਂ ਆਪਾਂ ਇਹ ਕਹਿ ਸਕਦੇ ਵੀ ਹੁਣ ਅਸੀਂ ਪਰੇ ਹੋ ਜਗੇ ਜਾਂ ਹੁਣ ਸਾਡੇ ਲਈ ਤਾਂ ਕੋਈ ਜ਼ਿੰਮੇਵਾਰੀ ਬਣਦੀ ਨਹੀਂ ਦੂਜੇ ਹੀ ਇਹਦੇ ਲਈ ਜ਼ਿੰਮੇਵਾਰ ਹੈ ਬੀਜੇਪੀ ਨੂੰ ਪੰਜਾਬ ਦੇ ਵਿੱਚ ਕੰਮ ਚੰਗੇ ਤਰੀਕੇ ਨਾਲ ਕਰਨਾ ਚਾਹੀਦਾ ਬੀਜੇਪੀ ਦੇ ਪੰਜਾਬ ਦੇ ਨੇਤਾਵਾਂ ਨੂੰ ਹਾਈ ਕਮਾਂ ਕਿ ਸੁਨੀਹਾ ਪਹੁੰਚਾਉਣਾ ਚਾਹੀਦਾ ਵੀ ਪੰਜਾਬ ਦੇ ਵਿੱਚ ਤੇ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਵਟਿਆ ਕੁਝ ਨਹੀਂ ਜਾਣਾ ਜੇਕਰ ਅਸੀਂ ਕਿਸਾਨਾਂ ਦੀ ਇਸ ਵਾਜਬ ਮੰਗ ਨੂੰ ਕਿ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਓ ਨਾ ਮੰਨਿਆ ਤਾਂ ਇਸ ਤੋਂ ਇਲਾਵਾ ਇਹ ਵੀ ਗੱਲ ਹੈ ਵੀ ਹੁਣ ਜਦੋਂ ਆਪਾਂ ਗੱਲ ਕਰਨੇ ਜੀ ਕਿ ਫਲਾਣਾ ਵੀ ਕਸੂਰਵਾਰਾ ਫਲਾਣਾ ਵੀ ਕਸੂਰਵਾਰਾ ਫਲਾਣਾ ਵੀ ਕਸੂਰਵਾਰਾ ਜਿਹੜੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੁੰਦੀਆਂ ਬਹੁਤੀ ਵਾਰ ਉਹਦੇ ਵਿੱਚ ਸੱਤਾਧਾਰੀ ਧਰਜਤ ਨਹੀਂ ਆ ਤੇ ਜਦੋਂ ਕਾਂਗਰਸ ਵਿਰੋਧੀ ਧਰਨੇ ਰੂਪ ਦੇ ਵਿੱਚ ਸੀ ਤੇ ਆਕਾਲੀ ਦਲ ਤੇ ਭਾਜਪਾ ਗੱਠ ਜੋੜ ਦੀ ਸਰਕਾਰ ਸੀ ਉਦੋਂ ਵੀ ਇਹੀ ਕੁਝ ਹੁੰਦਾ ਰਿਹਾ ਉਦੋਂ ਲੋਕਤੰਤਰ ਦਾ ਗੜ ਕੁੱਟੜਦੀ ਤੇ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਦੇ ਵਿੱਚ ਇਹ ਚੋਣ ਲਿਖੀ ਜਾਊਗੀ ਇਹ ਗੱਲ ਕਾਂਗਰਸ ਦੇ ਆਗੂ ਕਰਦੇ ਹੁੰਦੇ ਸੀ ਸੋ ਅਸੀਂ ਚਾਹੁੰਦੇ ਹਾਂ ਕਿ ਚੋਣਾਂ ਸਾਰੀਆਂ ਸ਼ਾਂਤਮਈ ਹੋਇਆ ਕਰਨ ਪਰ ਸਾਰੀਆਂ ਪਾਰਟੀਆਂ ਹੀ ਇੱਕੜ-ਦੁੱਕੜ ਦੇ ਫਰਕ ਦੇ ਨਾਲ 19-21 ਦੇ ਫਰਕ ਦੇ ਨਾਲ ਇਕੋ ਜੀਆਂ ਹੁਣ ਜੇਕਰ ਜਾਣੇ ਜਾਂਦੇ ਗੱਲ ਕਰਨੀ ਹੋਵੇ ਫਰੀਦਕੋਟ ਦੇ ਵਿੱਚ ਹੋਏ ਪਿਛਲੇ ਦਿਨੀਂ ਕਤਲकांड ਦੀ ਕਿਉਂਕਿ ਆਪਾਂ ਜਾਣਦੇ ਕਿ ਗੁਰਲਾਲ ਪਹਿਲਵਾਨ ਦਾ ਕਤਲ ਕਰ ਦਿੱ ਯੂਥ ਕਾਂਗਰਸ ਦੇ ਫਰੀ ਰਿਕਾਰਡ ਦੇ ਪ੍ਰਧਾਨ ਆ ਸਸਕਾਰ ਉਹਨਾਂ ਦਾ ਲੰਘੇ ਕੱਲ ਹੋ ਗਿਆ ਪਰ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਫੇਸਬੁੱਕ ਦੇ ਸਫੇ ਦੇ ਉੱਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਇਹ ਗੱਲ ਕਹੀ ਗਈ ਹੈ ਕਿ ਅਸੀਂ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਮਝੇ ਨਹੀਂ ਜਿਹਦੇ ਕਰਕੇ ਅਸੀਂ ਬਦਲਾ ਲਿਆ ਤੇ ਬਦਲਾ ਇਹ ਚੰਡੀਗੜ੍ਹ ਦੀ ਇੱਕ ਚੋਣ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਸੋ ਦੁੱਖ ਹੁੰਦਾ ਇਹਨਾਂ ਗੱਲਾਂ ਦੇ ਉੱਤੇ ਕਿ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਅੱਗੇ ਅਸੀਂ ਫਿਲਮਾਂ ਦੇ ਵਿੱਚ ਸਾਰਾ ਕੁਝ ਦੇਖਦੇ ਹੁੰਦੇ ਸੀ ਹੁਣ ਪੰਜਾਬ ਦੇ ਵਿੱਚ ਤੇ ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਇਹਦੇ ਉੱਤੇ ਹਰ ਕਿਹੜਾ ਸਮੇਧਨਸ਼ੀਲ ਬੰਦਾ ਉਹਦਾ ਚਿੰਤਤ ਹੋਣਾ ਕੁਦਰਤੀ ਹੈ ਤੇ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਬੜਾ ਹਾਜ਼ਰ ਹੋਵਾਂਗੇ ਉਰੋਂ ਤੱਕ ਲਈ ਆਗਿਆ ਦਿਓ ਬਹੁਤ ਬਹੁਤ ਮਿਹਰਬਾਨੀ